ਪਿੰਡਾਂ ਨੂੰ ਸਮਾਰਟ ਸਕੂਲ ਬਣਾਉਣ ਦੇ ਮੱਦੇਨਜ਼ਰ ਜਿੱਥੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੁੰਦਰ ਦੇ ਕੋਟੇ ਵਿੱਚੋਂ ਜ਼ਿਲ੍ਹਾ ਮਾਨਸਾ 'ਚ ਸਮਾਰਟ ਸਕੂਲ ਬਣਾਏ ਜਾ ਰਹੇ ਨੇ, ਉੱਥੇ ਸਰਦੂਲਗੜ੍ਹ ਦੇ ਵਿਧਾਇਕ ਦਿਲਰਾਜ ਸਿੰਘ ਭੁੰਦਰ ਨੇ ਅੱਜ ਪਿੰਡ ਬਾਜੇਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਸੀਨੀਅਰ ਸੈਕੰਡਰੀ ਸਕੂਲ ਬਾਜੇਵਾਲਾ ਦੋਨਾਂ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਦਾ ਉਦਘਾਟਨ ਕੀਤਾ ਹੈ। ਸ਼੍ਰੀ ਦਿਲਰਾਜ ਸਿੰਘ ਭੁੰਦਰ ਨੇ ਕਿਹਾ ਕਿ ਉਹਨਾਂ ਦੇ ਪਿਤਾ ਸਰਦਾਰ ਬਲਵਿੰਦਰ ਸਿੰਘ ਭੁੰਦਰ, ਜੋ ਕਿ ਲੰਬੇ ਸਮੇਂ ਤੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਜੁੜੇ ਹੋਏ ਨੇ, ਉਹਨਾਂ ਦੀ ਉਸਾਰੂ ਸੋਚ ਸੀ ਕਿ ਜ਼ਿਲ੍ਹਾ ਮਾਨਸਾ ਦੇ ਪਛੜੇ ਇਲਾਕੇ ਨੂੰ ਵਿੱਦਿਆ ਪੱਖੋਂ ਮੋਹਰੀ ਬਣਾਇਆ ਜਾਵੇ, ਜਿਸ ਕਰਕੇ ਉਹਨਾਂ ਨੇ ਜ਼ਿਲ੍ਹੇ ਨਾਲ ਸੰਬੰਧਿਤ ਸਾਰੇ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਦਾ ਟੀਚਾ ਮਥਿਆ ਹੋਇਆ। ਸ਼੍ਰੀ ਦਿਲਰਾਜ ਸਿੰਘ ਭੁੰਦਰ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਦੇ 200 ਸਕੂਲਾਂ ਵਿੱਚੋਂ 170 ਸਕੂਲ ਸਮਾਰਟ ਬਣਾਏ ਗਏ ਨੇ, ਜਿਨ੍ਹਾਂ ਵਿੱਚ ਉਹਨਾਂ ਸਰਦੂਲਗੜ੍ਹ ਦੇ 97 ਪਿੰਡਾਂ ਵਿੱਚੋਂ 1-2 ਪਿੰਡਾਂ ਦੇ ਸਕੂਲਾਂ ਨੂੰ ਛੱਡ ਕੇ ਲਗਭਗ ਸਾਰੇ ਇਸ ਹਲਕੇ ਦੇ ਸਕੂਲਾਂ ਨੂੰ ਸਮਾਰਟ ਸਕੂਲ ਬਣਾ ਦਿੱਤਾ ਗਿਆ। ਉਹਨਾਂ ਕਿਹਾ ਕਿ ਪਿੰਡ ਬਾਜੇਵਾਲ ਦੇ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਹਰ ਪੱਖੋਂ ਵਿਕਾਸ ਲਈ ਉਹ ਤਤਪਰ ਰਹਿਣਗੇ। ਉਹਨਾਂ ਪਿੰਡ ਦੀ ਪੰਚਾਇਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਰ ਆਦਮੀ ਦਾ ਫਰਜ਼ ਹੈ ਕਿ ਉਹ ਵਿਕਾਸ ਕੰਮ ਲਈ ਅੱਗੇ ਆਵੇ। ਹਲਕੇ ਦੇ ਵਿਧਾਇਕ ਦਿਲਰਾਜ ਸਿੰਘ ਭੁੰਦਰ ਨੇ ਇਸ ਉੱਦਮ ਲਈ ਸਰਕਾਰੀ ਪ੍ਰਾਇਮਰੀ ਸਕੂਲ ਦੇ ਇੰਚਾਰਜ ਵਰਿੰਦਰ ਸਿੰਘ ਵਿੱਕੀ, ਸੀਨੀਅਰ ਸੈਕੰਡਰੀ ਸਕੂਲ ਬਾਜੇਵਾਲਾ ਦੇ ਪ੍ਰਿੰਸੀਪਲ ਵਿਨੇ ਜਿੰਦਲ, ਸਰਪੰਚ ਪੋਲੋਜੀਤ ਸਿੰਘ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਮਾਨਸਾ ਸੁਰਜੀਤ ਸਿੰਘ ਬਾਜੇਵਾਲਾ, ਨੈਬ ਸਿੰਘ, ਸਾਬਕਾ ਸਰਪੰਚ ਹੰਸਾ ਸਿੰਘ ਨੇ ਧੰਨਵਾਦ ਕੀਤਾ। ਅੱਜ ਤੋਂ ਪਹਿਲਾਂ ਤਕਰੀਬਨ ਆਪਾਂ ਵੇਖ ਰਹੇ ਹਾਂ ਪਿਛਲੇ 10 ਸਾਲਾਂ 'ਚ, ਕਦੇ ਤੁਸੀਂ ਆਮ ਵਿੱਚ ਪੜ੍ਹੇ ਲਿਖੇ ਬੈਠੇ ਹੋ ਸਾਰੇ ਦੇਖਿਓ, ਜਦੋਂ ਅਮਰੀਕਾ ਵਰਗੇ ਮੁਲਕ ਫੇਲ ਹੋ ਗਏ ਸੀ, ਉਦੋਂ ਪੰਜਾਬ ਇੱਕ ਇਹੋ ਜਿਹਾ ਸੂਬਾ ਸੀ ਜਿੱਥੇ ਕਹਿੰਦੇ ਸੀ ਥਰਮਲ ਪਲਾਂਟ ਲਾਉਣੇ, ਜਿੱਥੇ ਕਹਿੰਦੇ ਸੀ ਸੜਕਾਂ ਬਣਾਉਣੀਆਂ, ਜਿੱਥੇ ਵੱਡੇ ਵੱਡੇ ਕੰਮਾਂ ਦੀਆਂ ਗੱਲਾਂ ਕਰਦੇ ਸੀ। ਉਸ ਟਾਈਮ ਵਿਰੋਧੀ ਧਿਰਾਂ ਨੇ ਉਹਦਾ ਬੜਾ ਮਖੌਲ ਉਡਾਇਆ ਵੀ ਜੇ ਬੰਬ ਵਾਲੀਆਂ ਸੜਕਾਂ ਬਣਨਗੀਆਂ, ਬੱਸਾਂ ਚੱਲਣਗੀਆਂ, ਬਹੁਤ ਉਹਦੇ ਬਾਰੇ ਗੱਲਾਂ ਹੋਈਆਂ ਕਿਉਂਕਿ ਉਹਨੂੰ ਇੱਕ ਸੋਸ਼ਲ ਸਮਝਿਆ ਗਿਆ, ਪਰ ਉਹ ਜਿੰਨੀਆਂ ਗੱਲਾਂ ਕੀਤੀਆਂ ਸਾਰੀਆਂ ਲਾਗੂ ਹੋਈਆਂ। ਅਤੇ ਪਿਛਲੇ 3 ਸਾਲਾਂ ਦੇ ਵਿੱਚ ਕੀ ਸਥਿਤੀ ਹੈ ਸਾਰੇ ਤੁਸੀਂ ਜਾਣੋ, ਮੈਂ ਨਿੰਦਣਾ ਨਹੀਂ ਚਾਹੁੰਦਾ। ਆਮ ਤੌਰ 'ਤੇ ਵਿਰੋਧੀ ਧਿਰ ਦੇ ਵਿੱਚ ਜਦੋਂ ਕੋਈ ਪਾਰਟੀ ਹੋ ਜਾਂਦੀ ਹੈ ਤਾਂ ਉਹਦੇ ਕੋਲ ਬਹਾਨਾ ਹੁੰਦਾ ਸਰਕਾਰ ਨੂੰ ਨਿੰਦਣ ਦਾ, ਅਤੇ ਜੇ ਮੈਂ ਅੱਜ ਗੱਲਾਂ ਕਰ ਸਕਾਂ ਮੈਨੂੰ ਲੱਗਦਾ ਸ਼ਾਇਦ ਮੇਰੇ ਤੋਂ ਵੱਧ ਤੁਸੀਂ ਉਸ ਤੋਂ ਦੁਖੀ ਹੋ, ਅਤੇ ਸੌਖਾ ਇਸ ਗੱਲ ਨਾਲ ਮੇਰਾ ਸਮਾਂ ਕੱਟ ਸਕਦਾ, ਪਰ ਨਹੀਂ, ਨਾ ਇਹ ਸੋਚ ਸੀ ਨਾ ਭੁੰਦਰ ਸਾਹਿਬ ਨੇ ਗੱਲ ਕੀਤੀ, ਕਿਉਂਕਿ ਉਹਨਾਂ ਦੀ ਆਪ ਦੀ ਆਦਤ ਸੀ ਭਾਵੇਂ ਸਰਕਾਰ 'ਚ ਹੋਣ ਭਾਵੇਂ ਵਿਰੋਧੀ ਧਿਰ 'ਚ, ਉਹਨਾਂ ਨੇ ਇਲਾਕੇ ਦੀ ਡਿਵੈਲਪਮੈਂਟ ਦੀ ਗੱਲ ਕੀਤੀ, ਅਤੇ ਜਿੱਥੇ ਡਿਵੈਲਪਮੈਂਟ ਦੀ ਗੱਲ ਜਿੱਥੇ ਸੋਚ ਆਈ ਉੱਥੇ ਜਿਹੜੇ ਪ੍ਰੋਜੈਕਟ ਲੈ ਕੇ ਚੱਲੇ, ਅਤੇ ਇਹਦੇ 'ਚ ਨਾ ਤਾਂ ਕੋਈ MLA ਕੋਟਾ ਨਾ ਕੋਈ ਹੋਰ ਹੈ, ਜੇ ਕਿਰਪਾ ਹੋਈ ਤਾਂ ਬਾਦਲ ਸਾਹਿਬ ਦੇ ਸਦਕੇ ਜਾਂ ਭੁੰਦਰ ਸਾਹਿਬ ਦੇ ਸਦਕਾ, ਕਿਉਂਕਿ ਜਦੋਂ ਕੰਮ ਕਰ ਜਾਂਦੇ ਉਹਨਾਂ ਦਾ ਟੈਸਟ ਪਾਸ ਕਰਨਾ ਵੀ ਸੌਖਾ ਨਹੀਂ, ਹਰ ਚੀਜ਼ ਨੂੰ ਬਰੀਕੀ ਨਾਲ ਦੇਖਦੇ ਆ। ਪਹਿਲਾਂ ਸੈਂਪਲ ਦੇ ਤੌਰ 'ਤੇ ਅਸੀਂ 5-4 ਸਕੂਲ ਬਣਾਏ, ਅਤੇ ਟੀਚਰ ਸਾਹਿਬਾਨ ਦਾ ਮੈਂ ਬਹੁਤ ਧੰਨਵਾਦ ਕਰਦਾ ਵੀ ਜਿੱਥੇ 1 ਰੁਪਇਆ ਦਿੱਤਾ ਉੱਥੇ 2-2 ਰੁਪਏ ਦਾ ਕੰਮ ਹੋਇਆ, ਸਮਝੋ ਇੰਨਾ ਸੋਹਣਾ ਬਣਾਇਆ। ਜਦੋਂ ਉਹਦੇ ਬਾਰੇ ਸੁਣਿਆ ਆਸੇ ਪਾਸੋਂ ਆਵਾਜ਼ ਆਈ, ਉਹਨਾਂ ਨੇ ਦੇਖਿਆ ਠੀਕ ਕੰਮ ਕਰ ਰਹੇ ਆ, ਤਾਂ ਉਹਨਾਂ ਨੇ ਸਾਨੂੰ ਖੁੱਲ੍ਹ ਦਿੱਤੀ ਵੀ ਕਿਤੇ ਵੀ ਬੱਚਿਆਂ ਵਾਸਤੇ ਕਿਤੇ ਵੀ ਸਮਾਜ ਦੇ ਭਲੇ ਵਾਸਤੇ ਹੋ ਸਕਦਾ ਤਾਂ ਤੁਸੀਂ ਤਕੜੇ ਹੋ ਕੇ ਇਸ ਚੀਜ਼ 'ਤੇ ਲੱਗੋ। ਜਦੋਂ ਇਹ ਪ੍ਰੋਜੈਕਟਾਂ ਦੀ ਗੱਲ ਹੋਈ ਇਸ ਚੀਜ਼ 'ਤੇ ਆਏ ਤਾਂ ਉੱਥੇ ਆ ਕੇ ਕੁਆਲਿਟੀ 'ਤੇ ਗੱਲ ਖੜੀ ਸੀ, ਕੁਆਲਿਟੀ 'ਤੇ ਗੱਲ ਖੜੀ ਤਾਂ ਕੰਪਨੀਆਂ ਨਾਲ ਇੱਕ ਹੀ ਗੱਲ ਕੀਤੀ, ਮੇਰੇ ਇਹੋ ਜਿਹੇ ਲਾ ਦਿਓ ਵੀ ਮੁੱਖ ਮੰਤਰੀ ਦੇ ਲੱਗ ਵੀ ਨਾ। ਤਕਰੀਬਨ 1 ਸਾਲ ਹੋ ਗਿਆ ਆਪਾਂ ਸ਼ੁਰੂ ਕੀਤਾ, ਈ ਕੰਟੈਂਟ ਸਰਕਾਰ ਕੋਲ ਜ਼ਰੂਰ ਤਿਆਰ ਸੀ ਪਰ ਉਹਨੂੰ ਦਿਖਾਉਣ ਦਾ ਕੋਈ ਸਾਧਨ ਨਹੀਂ ਸੀ। ਫਿਰ ਅੱਜ ਆਉਣ ਵਾਲੇ ਸਮੇਂ ਸਰਕਾਰ ਇਸ ਪ੍ਰੋਜੈਕਟ 'ਤੇ ਜਾਊਗੀ ਵੀ, ਪਰ ਇਸ ਦੇ 'ਚ ਅਤੇ ਉਹਦੇ 'ਚ ਫਰਕ ਬਹੁਤ ਵੱਡਾ,
ਕਿਉਂਕਿ ਜਿਹੜੇ ਟੀਚਰ ਸਾਹਿਬਾਨ ਓਪਰੇਟ ਕਰ ਰਹੇ ਹੋਰ ਕਰ ਰਹੇ ਆ ਉਹਨਾਂ ਨੂੰ ਪਤਾ। ਇਹ ਪਹਿਲਾ ਇਹ ਬੋਰਡ ਹੈ ਜਿਹਨੂੰ ਇੰਟਰਨੈਟ ਨਾਲ ਕਨੈਕਟ ਕਰ ਸਕਦੇ। ਵਿਸ਼ੇਸ਼ ਤੌਰ 'ਤੇ ਮੈਂ ਤਾਂ ਛੋਟਾ ਭਾਈ ਆਪੋ ਸਰਦਾਰ ਦਰਬਾਰ ਸਿੰਘ ਜੀ ਭੁੰਦੜ MLA ਕਵਿਤਾ ਸਰਦੂਲਵਾਲ ਉਹਨਾਂ ਨੂੰ ਮੈਂ ਸਮੁੱਚੀ ਪੰਚਾਇਤ ਵੱਲੋਂ ਅਤੇ ਸਮੁੱਚੇ ਨਗਰ ਨਿਵਾਸੀਆਂ ਵੱਲੋਂ ਇੱਥੇ ਪਹੁੰਚਣ 'ਤੇ ਜੀ ਆਇਆ ਹਾਂ। ਵਧੀਆ ਉਪਰਾਲਾ ਪੜ੍ਹੇ ਲਿਖੇ ਹੋਣ ਦੇ ਨਾਂ 'ਤੇ, ਕਿਉਂਕਿ ਹੁਣ ਯੁੱਗ ਹੈ ਕੰਪਿਊਟਰ ਯੁੱਗ ਆ ਗਿਆ। ਪਹਿਲਾਂ ਜੋ ਪੜ੍ਹ ਲਿਆ ਫੱਟੀਆਂ ਚੱਕ ਕੇ ਪੜ੍ਹੇ ਹੋਏ ਹਾਂ, ਹੁਣ ਕੰਪਿਊਟਰ ਦਾ ਯੁੱਗ ਹੈ। ਬੱਚਿਆਂ ਨੂੰ ਇਹਦੀ ਸਿਹਤ ਦੀ ਬਹੁਤ ਜ਼ਰੂਰਤ ਸੀ ਅਤੇ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹਾਂ, ਕੋਈ ਇਹਨਾਂ ਨੂੰ ਵੀ ਹੋਰ ਪ੍ਰੋਗਰਾਮ ਸਰਗੇ ਨੇ ਬਹੁਤ ਨੇ ਅਤੇ ਬਹੁਤ ਵਧੀਆ ਉਪਰਾਲਾ ਹੈ ਪੁੰਦਰ ਸਾਹਿਬ। ਅੱਗੇ ਤੋਂ ਵੀ ਮੈਂ ਆਸ ਕਰਦਾ ਕਿ ਸਕੂਲ ਨੂੰ ਤੁਸੀਂ ਸਾਡੇ ਨੂੰ ਅੱਗੇ ਲੈ ਕੇ ਜਾਓਗੇ। ਜ਼ਰੂਰ, ਧੰਨਵਾਦ। ਕਿ ਸਕੂਲਾਂ ਅਤੇ ਸਿੱਖਿਆ ਵਿਭਾਗ 'ਤੇ ਇਹਨਾਂ ਦੀ ਮਿਹਰ ਦਾ ਹੱਥ ਸਦਾ ਬਣਿਆ ਰਹੇਗਾ। ਹਰ ਸਕੂਲ ਦੇ ਵਿੱਚ ਸਾਰੀਆਂ ਲੋੜਾਂ ਪੂਰੀਆਂ ਨਹੀਂ ਹੁੰਦੀਆਂ, ਪਰ ਜਿੰਨੀਆਂ ਵੀ ਜ਼ਰੂਰਤਾਂ ਇਹਨਾਂ ਦੇ ਲੈਵਲ 'ਤੇ ਪੂਰੀਆਂ ਕੀਤੀਆਂ ਜਾ ਸਕਦੀਆਂ। ਹੁਣ ਅਸੀਂ ਬੇਨਤੀ ਕਰਦੇ ਹਾਂ ਕਿ ਉਹ ਹਰ ਸਕੂਲ ਦੇ ਵਿੱਚ ਆਪਦੇ ਕੋਟੇ ਦੇ ਵਿੱਚ ਉਹਨੀਆਂ ਜ਼ਰੂਰਤਾਂ ਪੂਰੀਆਂ ਜ਼ਰੂਰ ਕਰਨ। ਸਾਰੀ ਪੰਚਾਇਤ, ਸਾਡੇ ਇਸ ਨਗਰ ਦੇ ਵਾਸੀ ਅਤੇ ਸਾਡੇ ਸਕੂਲ ਦੇ ਬੱਚਿਆਂ ਵੱਲੋਂ, ਸਾਰੇ ਸਟਾਫ ਵੱਲੋਂ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸ਼ੁਕਰੀਆ। ਆਵਾਜ਼ੇ ਕੰਮ TV ਲਈ ਮਾਨਸਾ ਤੋਂ ਪੱਤਰਕਾਰ ਗੁਰਜੀਤ ਸਿੰਘ ਦੀ ਰਿਪੋਰਟ।